ਮੇਰੀ ਮਾਂ ਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਮੈਨੂੰ ਛੱਡ ਕੇ ਜਾਣਾ ਪਿਆ, ਦੂਰ ਹੋ ਗਈ ਮੇਰੀ ਮਾਂ ਮੇਰੇ ਕੋਲੋਂ। ਤਾਂ ਮੈਂ 10ਵੀਂ ਤੱਕ ਮੇਰੇ ਦਾਦੀ ਦਾਦੇ ਨੇ ਮੇਰੀ ਪਰਵਰਿਸ਼ ਕੀਤੀ। 10ਵੀਂ ਤੱਕ ਮੈਂ ਆਪਣੇ ਦਾਦੀ ਦਾਦੇ ਨੂੰ ਆਪਣਾ ਪੇਰੈਂਟਸ ਸਮਝਦਾ ਰਿਹਾ ਕਿ ਮੇਰੇ ਮਾਤਾ ਪਿਤਾ ਉਹੀ ਹਨ। ਉਸ ਤੋਂ ਉਪਰੰਤ ਦਾਦੀ ਜੀ ਦੀ ਮੌਤ ਤੋਂ ਬਾਅਦ ਜਦੋਂ ਮੈਂ ਘਰ ਦੇ ਵਿੱਚ ਆਪਣਾ ਮੈਂਟੇਨ ਕਰਨਾ ਸ਼ੁਰੂ ਕੀਤਾ, ਘਰ ਦੀ ਸਾਫ਼ ਸਫਾਈ, ਤਾਂ ਮੈਨੂੰ ਉਹਦੇ ਵਿੱਚੋਂ ਐਲਬਮਸ ਲੱਭੀਆਂ ਮੇਰੇ ਮੰਮੀ ਡੈਡੀ ਦੇ ਵਿਆਹ ਦੀਆਂ। ਬੜਾ ਦੁੱਖ ਹੋਣਾ ਕਿ ਮੇਰੀ ਮਾਂ ਹੈ ਪਤਾ ਨਹੀਂ ਕਿਹੜੀ ਜਗ੍ਹਾ, ਕਿੱਥੇ ਹੋਏਗੀ, ਕਿੱਦਾਂ ਹੋਵੇਗੀ, ਮੇਰੇ ਮਨ ਦੇ ਵਿੱਚ ਤਾਂਘ ਸੀ। ਤਾਂ ਹੁਣ ਅਚਾਨਕ ਜਿਹੜਾ ਫਲੱਡ ਆਇਆ ਸੀਗਾ ਹੜ੍ਹ ਪੀੜਤਾਂ ਵਾਸਤੇ, ਅਸੀਂ ਸੇਵਾ ਕਰਨ ਵਾਸਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸੀ। ਜਦੋਂ ਮੈਂ ਉਸ ਘਰ ਦੇ ਵਿੱਚ ਪਹੁੰਚਿਆ, ਦਰਵਾਜ਼ਾ ਖੜਕਾਇਆ, ਇੱਕ ਬਜ਼ੁਰਗ ਨਿਕਲੇ ਨੇ ਬਾਹਰ, ਸ਼ਾਇਦ ਉਹ ਮੇਰੇ ਨਾਨੀ ਸੀ। ਤਾਂ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਅੰਦਰ ਗਏ, ਆਪਾਂ ਕਿਹਾ ਤੁਹਾਨੂੰ ਮਿਲਣਾ ਸੀ, ਕਹਿੰਦੇ ਆ ਜਾਓ। ਤਾਂ ਉਹ ਪਾਣੀ ਲੈ ਕੇ ਆਏ ਅਤੇ ਮੈਨੂੰ ਕਹਿੰਦੇ ਕਿ ਮੈਂ ਸ਼ਾਇਦ ਤੈਨੂੰ ਦੇਖਿਆ ਕਿਤੇ ਬੇਟਾ, ਨਾਨੀ ਮੇਰੀ। ਤਾਂ ਉਦੋਂ ਮੇਰੀਆਂ ਅੱਖਾਂ 'ਚ ਹੰਝੂ ਆਏ ਅਤੇ ਮੈਂ ਉੱਠ ਕੇ ਕਿਹਾ ਕਿ ਉਹ ਬਦਨਸੀਬ ਸੋਨੂ ਆ ਤੁਹਾਡੇ ਸਾਹਮਣੇ ਖੜ੍ਹਾ। ਅਤੇ ਮੇਰੀ ਨਾਨੀ ਨੇ ਮੈਨੂੰ ਘੁੱਟ ਕੇ ਜੱਫੀ ਪਾਈ। ਉਹ ਇਮੋਸ਼ਨਲ ਸੀਨ ਜਿਹੜਾ ਉਹ ਮੈਂ ਬਿਆਨ ਨਹੀਂ ਕਰ ਸਕਦਾ ਤੁਹਾਡੇ ਨਾਲ, ਜੋ ਉਸ ਸਮੇਂ ਦੇ ਹਾਲਾਤ ਬਣੇ। ਤਾਂ ਉਸ ਦੌਰਾਨ ਫਿਰ ਮੇਰੀ ਮਾਂ ਤੱਕ ਮੈਂ ਪਹੁੰਚਿਆ, ਸਾਰੇ ਮੈਨੂੰ ਆਪਣੇ ਨਾਨਕੇ ਪਰਿਵਾਰ ਦਾ ਪਤਾ ਚੱਲਿਆ। ਇਹ ਸੱਚੀ ਕਹਾਣੀ ਕਿਸੇ ਫਿਲਮੀ ਸਟੋਰੀ ਤੋਂ ਘੱਟ ਥੋੜ੍ਹੀ ਹੈ। 35 ਸਾਲ ਦੇ ਲੰਮੇ ਵਿਛੋੜੇ ਬਾਅਦ ਮਾਂ ਪੁੱਤ ਮਿਲਦੇ ਨੇ। ਉਹ ਮੁਲਾਕਾਤ ਉਦੋਂ ਹੁੰਦੀ ਹੈ ਜਦੋਂ ਪੁੱਤ ਹੜ੍ਹ ਪੀੜਤ ਲੋਕਾਂ ਦੀ ਸੇਵਾ ਕਰਨ ਜਾਂਦਾ। ਜਦੋਂ ਮਾਂ ਪੁੱਤ ਇੰਨੇ ਲੰਮੇ ਅਰਸੇ ਬਾਅਦ ਇੱਕ ਦੂਜੇ ਨੂੰ ਦੇਖਦੇ ਨੇ ਤਾਂ ਉਹ ਆਪਣੇ ਹੰਝੂ ਰੋਕ ਨਹੀਂ ਪਾਉਂਦੇ। ਦੋਵੇਂ ਇੱਕ ਦੂਜੇ ਦੀ ਗੱਲ ਵੱਖਰੀ ਪੈ ਕੇ ਫੁੱਟ ਫੁੱਟ ਰੋਣ ਲੱਗਦੇ ਨੇ। ਮਾਂ ਪੁੱਤ ਇਹਨਾਂ ਲੰਮੇ ਸਮਾਂ ਕਿਉਂ ਇੱਕ ਦੂਜੇ ਤੋਂ ਵੱਖ ਰਹੇ, ਉਹਨਾਂ ਨਾਲ ਅਜਿਹਾ ਕੀ ਭਾਣਾ ਵਰਤਿਆ? ਇਹ ਜਜ਼ਬਾਤੀ ਕਹਾਣੀ ਜਗਜੀਤ ਸਿੰਘ ਨੇ ਖੁਦ ਬਿਆਨ ਕੀਤੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਸੋ ਦਾਸ ਜਗਜੀਤ ਸਿੰਘ ਕਾਦੀਆਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ। ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ 'ਤੇ ਤੁਸੀਂ ਵੀਡੀਓ ਦੇਖੀ ਹੋਏਗੀ ਜਿਹਦੇ 'ਚ ਮੈਂ ਆਪਣੀ ਮਾਂ ਨੂੰ 35 ਸਾਲਾਂ ਬਾਅਦ ਮਿਲ ਰਿਹਾ, ਔਰ ਬੜੇ ਸੱਜਣਾ ਮਿੱਤਰਾਂ ਦੇ ਕੁਐਸਚਨ ਸੀਗੇ ਕਿ ਇਹ ਇੱਦਾਂ ਦੀ ਕੀ ਕਹਾਣੀ ਹੋਈ ਕਿ ਤੁਹਾਡਾ 35 ਸਾਲ ਦਾ ਵਿਛੋੜਾ ਪਿਆ, ਅਤੇ ਬੜੇ ਜਾਣਿਆਂ ਦੇ ਮਨ ਦੇ ਵਿੱਚ ਕੁਐਸਚਨ ਸੀਗੇ। ਉਹ ਦਰਅਸਲ ਬਹੁਤ ਲੰਬੀ ਅਤੇ ਇੱਕ ਇਮੋਸ਼ਨਲ ਜਿਹੜੀ ਸਟੋਰੀ ਹੈ ਮੈਂ ਸਾਂਝੀ ਕੀਤੀ ਤੁਹਾਡੇ ਨਾਲ, ਅੱਜ ਮੈਂ ਸਾਂਝੀ ਕਰਨ ਜਾ ਰਿਹਾ ਕਿ ਮੈਂ 6 ਮਹੀਨਿਆਂ ਦੀ ਸੀ ਜਦੋਂ ਮੇਰੇ ਫਾਦਰ ਸਾਹਿਬ ਦੀ ਮੌਤ ਹੋ ਗਈ ਹਰਿਆਣੇ ਦੇ ਵਿੱਚ। ਹਰਿਆਣਾ, ਉੱਥੇ ਮੇਰੇ ਦਾਦੀ ਦਾਦਾ ਜੀ ਜੋਬ ਕਰਦੇ ਸੀਗੇ ਹਰਿਆਣਾ ਪੁਲਿਸ ਦੇ ਵਿੱਚ। ਤਾਂ ਮੇਰੇ ਫਾਦਰ ਸਾਹਿਬ ਦੀ ਮੌਤ ਤੋਂ ਬਾਅਦ ਮੇਰੇ ਨਾਨਕਾ ਪਰਿਵਾਰ ਜਾਂ ਮੇਰੇ ਦਾਦਕਾ ਪਰਿਵਾਰ ਦਾ ਆਪਸ ਦੇ ਵਿੱਚ ਪਤਾ ਨਹੀਂ ਕੀ ਸਮਝੌਤਾ ਹੋਇਆ ਜਾਂ ਜੋ ਕੁਛ ਵੀ ਹੈ ਸਮਾਜਿਕ ਕ੍ਰਿਤੀਆਂ ਦੇ ਕਾਰਨ, ਮੇਰੀ ਮਾਂ ਨਾਲੋਂ ਮੈਂ 2-3 ਸਾਲ ਦਾ ਸੀ ਜਦੋਂ ਮੈਨੂੰ ਵਿਛੋੜਿਆ ਗਿਆ। ਮੇਰੀ ਮਾਂ ਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਮੈਨੂੰ ਛੱਡ ਕੇ ਜਾਣਾ ਪਿਆ, ਦੂਰ ਹੋ ਗਈ ਮੇਰੀ ਮਾਂ ਮੇਰੇ ਕੋਲੋਂ। ਤਾਂ ਮੈਂ 10ਵੀਂ ਤੱਕ ਮੇਰੇ ਦਾਦੀ ਦਾਦੇ ਨੇ ਮੇਰੀ ਪਰਵਰਿਸ਼ ਕੀਤੀ। ਰਿਟਾਇਰਮੈਂਟ ਹੋਣ ਤੋਂ ਬਾਅਦ ਅਸੀਂ ਸਿੱਧੇ ਪੰਜਾਬ ਇੱਥੇ ਕਾਦੀਆਂ ਦੇ ਵਿੱਚ ਆ ਕੇ ਵਸੇ। ਤਾਂ ਮੇਰੀ ਦਾਦੀ ਦਾਦੇ ਨੇ ਮੈਨੂੰ ਪਾਲਿਆ। 10ਵੀਂ ਦੇ ਵਿੱਚ ਜਦੋਂ ਮੈਂ ਸੀ ਉਦੋਂ ਮੇਰੀ ਦਾਦੀ ਜੀ ਦੀ ਮੌਤ ਹੋ ਗਈ। 10ਵੀਂ ਤੱਕ ਮੈਂ ਆਪਣੇ ਦਾਦੀ ਦਾਦੇ ਨੂੰ ਆਪਣਾ ਪੇਰੈਂਟਸ ਸਮਝਦਾ ਰਿਹਾ ਕਿ ਮੇਰੇ ਮਾਤਾ ਪਿਤਾ ਉਹੀ ਹਨ। ਉਸ ਤੋਂ ਉਪਰੰਤ ਦਾਦੀ ਜੀ ਦੀ ਮੌਤ ਤੋਂ ਬਾਅਦ ਜਦੋਂ ਮੈਂ ਘਰ ਦੇ ਵਿੱਚ ਆਪਣਾ ਮੈਂਟੇਨ ਕਰਨਾ ਸ਼ੁਰੂ ਕੀਤਾ ਘਰ ਦੀ ਸਾਫ਼ ਸਫਾਈ, ਤਾਂ ਮੈਨੂੰ ਉਹਦੇ ਵਿੱਚੋਂ ਐਲਬਮਸ ਲੱਭੀਆਂ ਮੇਰੇ ਮੰਮੀ ਡੈਡੀ ਦੇ ਵਿਆਹ ਦੀਆਂ। ਤਾਂ ਉਸ ਸਮੇਂ ਮੈਂ ਆਪਣੇ ਫਾਦਰ ਸਾਹਿਬ ਨੂੰ ਦਾਦਾ ਜੀ ਨੂੰ ਪੁੱਛਿਆ ਕਿ ਇਹ ਐਲਬਮ ਕਿਹਦੀ ਹੈ। ਤਾਂ ਫਿਰ ਉਹਨਾਂ ਨੇ ਦੱਸਿਆ ਕਿ ਇਹ ਤੇਰੇ ਮੰਮੀ ਡੈਡੀ ਸੀ ਜਿਨ੍ਹਾਂ ਦੀ ਐਕਸੀਡੈਂਟ ਕਾਰਨ ਮੌਤ ਹੋ ਗਈ, ਤਾਂ ਅਸੀਂ ਤੈਨੂੰ ਇਹ ਚੀਜ਼ ਅੱਜ ਤੱਕ ਨਹੀਂ ਦੱਸੀ। ਉਹਨਾਂ ਨੇ ਵੀ ਉਦੋਂ ਇਹ ਨਹੀਂ ਦੱਸਿਆ ਕਿ ਤੇਰੀ ਮਾਂ ਹੈ, ਉਹਨਾਂ ਨੇ ਇਹੀ ਕਿਹਾ ਕਿ ਤੇਰੇ ਪੇਰੈਂਟਸ ਦੀ ਡੈਥ ਹੋ ਗਈ ਸੀ ਐਕਸੀਡੈਂਟ ਦੇ ਵਿੱਚ। ਤਾਂ ਉਸ ਤੋਂ ਉਪਰੰਤ ਜਦੋਂ ਮੈਂ ਹੋਰ ਥੋੜ੍ਹਾ ਜਵਾਨ ਹੋਇਆ, ਮੈਚਿਓਰ ਹੋਇਆ, ਤਾਂ ਮੇਰੇ ਦਾਦਾ ਜੀ ਵੀ ਡੈਥ ਹੋ ਗਈ। ਤਾਂ ਮੈਨੂੰ ਜਦੋਂ ਤੱਕ ਪਤਾ ਲੱਗਿਆ ਕਿ ਮੇਰੀ ਮਾਂ ਇਸ ਦੁਨੀਆ 'ਤੇ ਹੈ ਜਿਹੜੀ ਮੈਨੂੰ ਛੱਡ ਕੇ ਗਈ ਸੀ, ਉਦੋਂ ਤੱਕ ਜਿਹੜੇ ਇਸ ਰਾਜ ਨੂੰ ਜਾਣਦੇ ਸੀ ਮੇਰੇ ਦਾਦੀ ਦਾਦਾ ਜੀ, ਮੇਰੇ ਤਾਈ ਤਾਇਆ ਜੀ, ਉਹ ਇਸ ਦੁਨੀਆ ਤੋਂ ਜਾ ਚੁੱਕੇ ਸੀ ਜਿਹੜੇ ਰਾਜ ਇਸ ਨੂੰ ਜਾਣਦੇ ਸੀ। ਤਾਂ ਅਚਾਨਕ ਮੈਨੂੰ ਇਹ ਬੜਾ ਦੁੱਖ ਹੋਣਾ ਕਿ ਮੇਰੀ ਮਾਂ ਹੈ, ਪਤਾ ਨਹੀਂ ਕਿਹੜੀ ਜਗ੍ਹਾ ਕਿੱਥੇ ਹੋਏਗੀ, ਕਿੱਦਾਂ ਹੋਵੇਗੀ, ਮੇਰੇ ਮਨ ਦੇ ਵਿੱਚ ਤਾਂਘ ਸੀ। ਤਾਂ ਹੁਣ ਅਚਾਨਕ ਜਿਹੜਾ ਫਲੱਡ ਆਇਆ ਸੀਗਾ ਹੜ੍ਹ ਪੀੜਤਾਂ ਵਾਸਤੇ, ਅਸੀਂ ਸੇਵਾ ਕਰਨ ਵਾਸਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸੀ, ਖਾਲਸਾ ਏਡ ਵੱਲੋਂ ਆਪਣੀ ਭਾਈ ਕਨੇਆ ਜੀ NGO ਵੱਲੋਂ ਉੱਥੇ ਸੇਵਾ ਨਿਭਾ ਰਹੇ ਸੀ। ਤਾਂ ਅਚਾਨਕ ਮੇਰੀ ਭੂਆ ਜੀ ਦਾ ਫੋਨ ਮੈਨੂੰ ਆਉਂਦਾ ਹੈ ਕਿ ਬੇਟਾ ਕਿੱਥੇ ਹੈ, ਕੀ ਕਰ ਰਿਹਾ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪਟਿਆਲੇ ਹਾਂ, ਅਤੇ ਉਹਨਾਂ ਦੇ ਮੂੰਹ 'ਚੋਂ ਅਚਾਨਕ ਆਵਾਜ਼ ਆਉਂਦੀ ਹੈ ਜੋ ਅੱਜ ਤੱਕ ਬੰਦ ਰਹੀ ਕਿ ਬੇਟਾ ਤੇਰੇ ਨਾਨਕੇ ਇੱਧਰ ਹੀ ਸਾਈਡ ਸ਼ਾਇਦ ਹੈ ਪਟਿਆਲੇ ਜ਼ਿਲ੍ਹੇ ਦੇ ਵਿੱਚ। ਤਾਂ ਮੈਂ ਬਹੁਤ ਹੈਰਾਨ ਹੋਇਆ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਪਲੀਜ਼ ਦੱਸੋਗੇ ਪਿੰਡ ਕਿਹੜਾ ਆ। ਤਾਂ ਮੈਂ ਉਹਨਾਂ ਨੂੰ ਪਿੰਡ ਪੂਰੀ ਤਰ੍ਹਾਂ ਯਾਦ ਨਹੀਂ ਸੀ, ਉਹਨਾਂ ਨੇ ਪਿੰਡ ਦਾ ਨਾਂ ਲਿਆ ਬੋਹੜਪੁਰ। ਤਾਂ ਮੇਰੇ ਇੱਕ ਤਾਇਆ ਜੀ ਸੀ, ਉਹਨਾਂ ਨੂੰ ਮੈਂ ਪੁੱਛਿਆ ਕਿ ਮੈਂ ਉਸ ਪਿੰਡ ਦੇ ਵਿੱਚ ਜਾਣਾ ਚਾਹੁੰਦਾ। ਮੈਂ ਉਸ ਪਿੰਡ ਦੇ ਵਿੱਚ ਗਿਆ, ਪਿੰਡ ਦੇ ਵਿੱਚ ਜਾ ਕੇ ਜਦੋਂ ਮੈਂ ਫਾਈਂਡ ਆਊਟ, ਕਿਉਂਕਿ ਮੈਨੂੰ ਨਾਂ 'ਤੇ ਕੁਛ ਨਹੀਂ ਸੀ ਯਾਦ, ਆਪਣੇ ਨਾਨਾ ਜੀ ਦਾ ਨਾਨੀ ਜੀ ਦਾ ਕੋਈ ਵੀ ਕਲਿਊ ਨਹੀਂ ਸੀ ਯਾਦ, ਤਾਂ ਮੈਂ ਆਪਣੇ ਤਾਇਆ ਜੀ ਨੂੰ ਫੋਨ ਕੀਤਾ ਕਿ ਪਲੀਜ਼ ਮੈਨੂੰ ਕੁਛ ਨਾ ਕੁਛ ਦੱਸੋ ਜਿਹਦੇ ਨਾਲ ਮੈਂ ਆਪਣੇ ਨਾਨਕੇ ਪਰਿਵਾਰ ਨੂੰ ਲੱਭ ਸਕਾਂ। ਤਾਂ ਉਹਨਾਂ ਨੇ ਦੱਸਿਆ ਕਿ ਤੇਰੇ ਨਾਨਾ ਜੀ ਦੀ ਜਿਹੜੀ ਪੈਰਾਲਾਈਜ਼ ਦੇ ਨਾਲ ਜਿਹੜਾ ਉਹ ਮੂੰਹ ਵਿੰਗਾ ਹੋ ਗਿਆ ਸੀ, ਮੈਂ ਦੇਖਿਆ ਸੀ ਉਹਨਾਂ ਨੂੰ। ਤਾਂ ਉਸ ਪਿੰਡ ਦੇ ਵਿੱਚ ਮੈਂ ਕਿਸੇ ਬਜ਼ੁਰਗ ਨੂੰ ਪੁੱਛਿਆ ਕਿ ਤੁਹਾਡੇ ਪਿੰਡ ਦੇ ਵਿੱਚ ਕਿਸੇ ਨੂੰ ਪੈਰਾਲਾਈਜ਼ ਨਾ 10 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਜਾਂ ਪ੍ਰੈਜ਼ੈਂਟ ਕੋਈ ਬਜ਼ੁਰਗ ਹੈ। ਤਾਂ ਉਹਨਾਂ ਨੇ ਸਿਰਫ ਇੱਕੋ ਸ਼ਖਸ ਦਾ ਨਾਂ ਲਿਆ, ਪ੍ਰੀਤਮ ਸਿੰਘ, ਜੋ ਮੇਰੇ ਨਾਨਾ ਜੀ ਸੀ। ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਸ਼ਾਇਦ ਮੈਂ ਪਹੁੰਚ ਚੁੱਕਿਆ ਸਹੀ ਜਗ੍ਹਾ 'ਤੇ। ਤਾਂ ਜਦੋਂ ਮੈਂ ਉਸ ਘਰ ਦੇ ਵਿੱਚ ਪਹੁੰਚਿਆ, ਦਰਵਾਜ਼ਾ ਖੜਕਾਇਆ, ਇੱਕ ਬਜ਼ੁਰਗ ਨਿਕਲੇ ਨੇ ਬਾਹਰ, ਸ਼ਾਇਦ ਉਹ ਮੇਰੇ ਨਾਨੀ ਸੀ।
ਤਾਂ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਅੰਦਰ ਗਏ ਆਪਾਂ, ਕਿਹਾ ਤੁਹਾਨੂੰ ਮਿਲਣਾ ਸੀ, ਕਹਿੰਦੇ ਆ ਜਾਓ। ਤਾਂ ਉਹ ਪਾਣੀ ਲੈ ਕੇ ਆਏ ਅਤੇ ਮੈਨੂੰ ਕਹਿੰਦੇ ਕਿ ਮੈਂ ਸ਼ਾਇਦ ਤੈਨੂੰ ਦੇਖਿਆ ਕਿਤੇ ਬੇਟਾ, ਨਾਨੀ ਮੇਰੀ। ਤਾਂ ਉਦੋਂ ਮੇਰੀਆਂ ਅੱਖਾਂ 'ਚ ਹੰਝੂ ਆਏ ਤਾਂ ਮੈਂ ਉਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੁਹਾਡੇ ਕਿੰਨੇ ਬੱਚੇ ਆ। ਉਹਨਾਂ ਨੇ ਦੱਸਿਆ ਕਿ ਮੇਰੀਆਂ 4 ਬੇਟੀਆਂ, 1 ਬੇਟਾ ਆ। ਤਾਂ ਪਹਿਲਾਂ ਥੋੜ੍ਹਾ ਝਿਜ ਕੇ ਘਬਰਾਏ ਕਿ ਇਹ ਇੰਨੀ ਛਾਣਬੀਣ ਕਿਉਂ ਕੌਣ ਕਰ ਰਹੇ ਨੇ, ਅਨਨੋਨ ਪਰਸਨ। ਤਾਂ ਫਿਰ ਉਹਨਾਂ ਨੇ ਦੱਸਿਆ ਕਿ ਹਾਂ, ਮੈਂ ਉਹਨਾਂ ਨੂੰ ਪੁੱਛਿਆ ਕਿ ਕੋਈ ਬੇਟੀ ਤੁਹਾਡੀ ਜਿਨ੍ਹਾਂ ਦੀ ਦੁਬਾਰਾ ਤੁਸੀਂ ਮੈਰਿਜ ਕੀਤੀ ਹੋਏ ਜਾਂ ਉਹਨਾਂ ਦਾ ਹਸਬੈਂਡ ਦੀ ਡੈਥ ਹੋ ਗਈ ਹੋਵੇ, ਦੁਬਾਰਾ ਲਿਆਂਦਾ ਹੋਵੇ। ਤਾਂ ਉਹਨਾਂ ਨੇ ਦੱਸਿਆ ਕਿ ਹਾਂ, ਇੱਕ ਬੇਟੀ ਸੀ, ਉਹਨੂੰ ਅਸੀਂ ਲੈ ਕੇ ਆਏ ਸੀ, ਉਹਦੇ ਹਸਬੈਂਡ ਦੀ ਡੈਥ ਹੋ ਗਈ ਅਤੇ ਉਹਦਾ ਇੱਕ ਬੇਟਾ ਸੀਗਾ ਸੋਨੂ। ਅਤੇ ਉਦੋਂ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆਏ ਅਤੇ ਮੈਂ ਉੱਠ ਕੇ ਕਿਹਾ ਕਿ ਉਹ ਬਦਨਸੀਬ ਸੋਨੂ ਆ ਤੁਹਾਡੇ ਸਾਹਮਣੇ ਖੜ੍ਹਾ। ਅਤੇ ਮੇਰੀ ਨਾਨੀ ਨੇ ਮੈਨੂੰ ਘੁੱਟ ਕੇ ਜੱਫੀ ਪਾਈ। ਉਹ ਇਮੋਸ਼ਨਲ ਸੀਨ ਜਿਹੜਾ ਉਹ ਮੈਂ ਬਿਆਨ ਨਹੀਂ ਕਰ ਸਕਦਾ ਤੁਹਾਡੇ ਨਾਲ, ਜੋ ਉਸ ਸਮੇਂ ਦੇ ਹਾਲਾਤ ਬਣੇ। ਤਾਂ ਉਸ ਦੌਰਾਨ ਫਿਰ ਮੇਰੀ ਮਾਂ ਤੱਕ ਮੈਂ ਪਹੁੰਚਿਆ, ਸਾਰੇ ਮੈਨੂੰ ਆਪਣੇ ਨਾਨਕੇ ਪਰਿਵਾਰ ਦਾ ਪਤਾ ਚੱਲਿਆ। ਔਰ ਉਸ ਤੋਂ ਬਾਅਦ ਦੀਆਂ ਵੀਡੀਓ ਜਿਹੜੀਆਂ ਤੁਸੀਂ ਸੋਸ਼ਲ ਮੀਡੀਆ 'ਤੇ ਸਾਰੀਆਂ ਚੈਨਲਾਂ ਰਾਹੀਂ ਤੁਸੀਂ ਦੇਖ ਚੁੱਕੇ ਹੋ, ਜੋ ਜਿਸ ਤਰ੍ਹਾਂ ਮੈਂ ਆਪਣੀ ਮਾਂ ਨੂੰ ਮਿਲਿਆ। ਸੋ ਮੈਂ ਅੰਤ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਮਾਂ ਪਿਓ ਜਿਹੜੀ ਚੀਜ਼ ਇਹੋ ਜਿਹੀ ਹੈ, ਜਿਹੜੀ ਦੇਖੋ, ਪਿਤਾ ਜਿਹੜਾ ਆ ਉਹ ਦੋ ਹੋ ਸਕਦੇ ਨੇ, ਪਿਤਾ ਦੂਸਰਾ ਹੋ ਸਕਦਾ, ਤੀਸਰਾ ਹੋ ਸਕਦਾ, ਸਿਰਫ ਮਾਂ ਆ ਜਿਹੜੀ ਐਂਡ ਤੱਕ ਇੱਕ ਰਹਿਣੀ ਆ। ਔਰ ਮਾਂ ਦਾ ਇਹੋ ਜਿਹਾ ਰਿਸ਼ਤਾ ਜਿਹੜਾ ਬਿਨਾਂ ਕਿਸੇ ਲਾਲਚ ਤੋਂ ਹੁੰਦਾ। ਸਾਰਿਆਂ ਦਾ ਧੰਨਵਾਦ, ਸਾਰੇ ਜਿਉਂਦੇ ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ 'ਚ ਆਇਆ ਹੜ੍ਹ, ਜਿੱਥੇ ਕਈ ਲੋਕਾਂ ਨੂੰ ਕਦੇ ਨਾ ਭੁੱਲਣ ਵਾਲਾ ਦੁੱਖ ਦਰਦ ਦੇ ਗਿਆ, ਉੱਥੇ ਹੀ ਕੁਝ ਅਜਿਹੀ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਨੂੰ ਦੇਖ ਮਨ ਨੂੰ ਸਕੂਨ ਮਿਲਿਆ। ਬਟਾਲਾ ਤੋਂ ਨਿਤਿਨ ਲੂਥਰਾ ਦੀ ਰਿਪੋਰਟ, ਰੋਜ਼ਾਨਾ ਸਪੋਕਸਮੈਨ TV।